ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ, ਮੈਂ ਹਾਂ ਹਰਵਿੰਦ ਕੌਰ। ਅੱਜ ਦੀਆਂ ਪੰਜਾਬੀ ਖਬਰਾਂ ਲੈ ਕੇ ਹਾਜ਼ਰ ਹਾਂ। ਸ਼ੁਰੂਆਤ ਕਰ ਲੈਂਦੇ ਹਾਂ ਸੁਰਖੀਆਂ ਦੇ ਨਾਲ। ਮਾਝੇ ਦੇ ਪਿੰਡ ਸੁਰ ਸਿੰਘ ਦੇ ਵਿੱਚ ਸੰਗਤ ਦੇ ਨਾਲ ਪਹੁੰਚਿਆ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ। ਪਿੰਡ ਵਾਲਿਆਂ ਵੱਲੋਂ ਕੀਤਾ ਗਿਆ ਨਿੱਘਾ ਸਵਾਗਤ। ਅੰਮ੍ਰਿਤਪਾਲ ਸਿੰਘ ਦੀ ਜਿੱਤ ਯਕੀਨਨ, ਸਰਕਾਰਾਂ ਦੀ ਵਧੀ ਚਿੰਤਾ। ਵਿਰਸਾ ਸਿੰਘ ਵਲਟੋਹਾ ਨੂੰ ਸਮਰਥਨ ਦੇਣ ਦੇ ਸਵਾਲ ਉੱਤੇ ਬੋਲੇ ਤਰਸੇਮ ਸਿੰਘ, ਕਿਹਾ ਜਿਸ ਪਾਰਟੀ ਨੇ ਪੰਥ ਦਾ ਕੀਤਾ ਹੋਵੇ ਕਾਣ, ਅਸੀਂ ਕਿਵੇਂ ਦੇ ਸਕਦੇ ਹਾਂ ਉਸਦਾ ਸਾਥ। ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਲਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕੀਤੀ ਜ਼ਰੂਰੀ ਅਪੀਲ, ਕਿਹਾ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪਰਿਵਾਰ ਪਹੁੰਚੇ ਕੋਰਟ, ਪਤਾ ਕਰੇ ਅੰਮ੍ਰਿਤਪਾਲ ਸਿੰਘ ਉੱਤੇ ਕਿਹੜੇ ਕਿਹੜੇ ਕੇਸ ਹੋਏ ਹਨ ਦਰਜ। ਭਾਜਪਾ ਉਮੀਦਵਾਰ ਹੰਸਰਾਜ ਹੰਸ ਨੇ ਚੋਣ ਦਫ਼ਤਰ ਦੇ ਉਦਘਾਟਨ ਮੌਕੇ ਕੀਤੀ ਸਿੱਖ ਮਰਿਆਦਾ ਦੀ ਉਲੰਘਣਾ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਲਗਾਇਆ ਬੀਜੇਪੀ ਆਗੂਆਂ ਦੇ ਨੰਗੇ ਸਿਰ ਵਾਲਾ ਫਲੈਕਸ ਬੋਰਡ, ਸੰਗਤ ਦੇ ਵਿੱਚ ਭਾਰੀ ਰੋਸ। ਤੇ ਹੁਣ ਖ਼ਬਰਾਂ ਵਿਸਥਾਰ ਦੇ ਨਾਲ। ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਵੱਲੋਂ ਚੋਣ ਲੜਨ ਦੇ ਐਲਾਨ ਤੋਂ ਬਾਅਦ ਸੰਗਤ ਦੇ ਵਿੱਚ ਕਾਫ਼ੀ ਉਤਸ਼ਾਹ ਹੈ ਅਤੇ ਪਰਿਵਾਰ ਨੂੰ ਚੋਣ ਪ੍ਰਚਾਰ ਕਰਨ ਲਈ ਕੋਈ ਜ਼ਿਆਦਾ ਜ਼ੋਰ ਵੀ ਨਹੀਂ ਲਗਾਉਣਾ ਪੈ ਰਿਹਾ। ਦਰਅਸਲ ਲੋਕ ਮੱਲੋ ਮੱਲੀ ਖੁਦ ਹੀ ਚੋਣ ਪ੍ਰਚਾਰ ਕਰਨ ਦੇ ਵਿੱਚ ਜੁੱਟ ਚੁੱਕੇ ਹਨ। ਮਾਝੇ ਦੇ ਪਿੰਡ ਸੁਰ ਸਿੰਘ ਵਿਖੇ ਭਾਈ ਅੰਮ੍ਰਿਤਪਾਲ ਸਿੰਘ ਦਾ ਪਰਿਵਾਰ ਸੰਗਤ ਸਮੇਤ ਪਹੁੰਚਿਆ, ਜਿੱਥੇ ਪਿੰਡ ਵਾਲਿਆਂ ਦੇ ਵੱਲੋਂ ਪਰਿਵਾਰਕ ਮੈਂਬਰਾਂ ਦਾ ਫੁੱਲਾਂ ਦੇ ਨਾਲ ਸਵਾਗਤ ਕੀਤਾ ਗਿਆ। ਜਿਸ ਸੰਬੰਧੀ ਵੇਖ ਲੈਂਦੇ ਹਾਂ ਇੱਕ ਖਾਸ ਰਿਪੋਰਟ। ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਲੋਕ ਲਹਿਰ ਖੜੀ ਹੁੰਦੀ ਜਾ ਰਹੀ ਹੈ ਅਤੇ ਉਹਨਾਂ ਦੇ ਪਰਿਵਾਰ ਵਾਲੇ ਜਿਹੜੇ ਵੀ ਇਲਾਕੇ ਵਿੱਚ ਜਾ ਰਹੇ ਨੇ ਉਹਨਾਂ ਦਾ ਭਰਵਾਂ ਸਵਾਗਤ ਹੋ ਰਿਹਾ ਹੈ। ਅਤੇ ਅੱਜ ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰ ਪਿੰਡ ਸੁਰ ਸਿੰਘ ਵਿਖੇ ਪਹੁੰਚੇ, ਜਿੱਥੇ ਪਿੰਡ ਵਾਲਿਆਂ ਦੇ ਵੱਲੋਂ ਉਹਨਾਂ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਬਾਕੀ ਸੰਗਤਾਂ ਦਾ ਪਿਆਰ ਆ ਅਤੇ ਬਹੁਤ ਖੁਸ਼ੀ ਹੋ ਰਹੀ ਆ। ਬਲੇਰ ਸਾਹਿਬ ਆ, ਬਾਕੀ ਸਾਰੇ ਜਣੇ ਜਿਨ੍ਹਾਂ ਨੇ ਅਸੀਂ ਇਸ ਧਰਤੀ 'ਤੇ ਪਹਿਲੀ ਵਾਰ ਇੱਧਰ ਨੂੰ ਆਏ ਹਾਂ ਅਤੇ ਬਹੁਤ ਵੱਡਾ ਇਕੱਠ ਵੇਖ ਕੇ ਬਹੁਤ ਖੁਸ਼ੀ ਆ ਅਤੇ ਹੁਣ ਅੱਗੇ ਅਸੀਂ ਪੋਵਿੰਡ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਥਾਨ 'ਤੇ ਨਮਸਕਾਰ ਕਰਨ ਜਾ ਰਹੇ ਹਾਂ ਅਤੇ ਸੰਗਤਾਂ ਦਾ ਉੱਥੇ ਵੀ ਡੀਕਰ ਕਰੀਆਂ, ਅਸੀਂ ਥੋੜ੍ਹੇ ਲੇਟ ਹਾਂ ਇਸ ਕਰਕੇ ਸਾਨੂੰ ਥੋੜ੍ਹਾ ਛੁੱਟੀ ਜਲਦੀ ਵਾਹਿਗੁਰੂ ਜੀ ਕਾ ਖਾਲਸਾ। ਥੋੜਾ ਛੋਟਾ ਜਿਹਾ ਵੀ ਸੰਗਤ ਦਾ ਹੈਗਾ ਸੀ ਦਬਾਅ ਕਿ ਜਾਂ ਭਾਈ ਸਾਹਿਬ ਦਾ ਆਪਣਾ ਫੈਸਲਾ ਸੀ ਜਾਂ ਕੋਈ ਤੁਹਾਡੇ ਵੱਲੋਂ ਅਪਰੋਚ ਕੀਤਾ ਗਿਆ ਇਲੈਕਸ਼ਨ ਵਾਸਤੇ? ਨਹੀਂ ਨਹੀਂ, ਇਹ ਸੰਗਤ ਦੇ ਫੈਸਲੇ ਅੱਗੇ ਭਾਈ ਸਾਹਿਬ ਨੇ ਸਿਰ ਚੁਕਾਇਆ, ਨਹੀਂ ਤਾਂ ਉਹਨਾਂ ਦੀ ਰਾਜਨੀਤੀ 'ਚ ਆਉਣ ਦਾ ਕੋਈ ਮੰਤਵ ਨਹੀਂ ਸੀ। ਅਸੀਂ ਉਹ 2-3 ਮਹੀਨੇ ਉੱਥੇ ਮੋਰਚੇ 'ਤੇ ਰਹੇ ਹਾਂ ਅਤੇ ਉੱਥੇ ਲੋਕਾਂ ਨੇ ਸਾਨੂੰ ਇਹੋ ਹੀ ਕਹਿਣ ਦੀ ਕੋਸ਼ਿਸ਼ ਕੀਤੀ। ਫਿਰ ਉਹਨਾਂ ਨੇ ਬਲੇਰ ਸਾਹਿਬ ਹੋਣਾ ਵੀ ਪਹਿਲਾਂ ਨੇ ਕਿਹਾ ਸੀ ਕਿ ਭਾਈ ਸਾਹਿਬ ਨੂੰ ਤੁਸੀਂ ਮੈਸੇਜ ਦਿਓ, ਉਦੋਂ ਤਾਂ ਉਹ ਕਹਿ ਰਹੇ ਸੀ ਵੀ ਨਹੀਂ। ਉਦੋਂ ਬਾਅਦ 'ਚ ਫਿਰ ਉਹਨਾਂ ਨੇ ਸੰਗਤਾਂ ਦੇ ਹੁਕਮ ਨੂੰ ਮੰਨਦਿਆਂ ਹੋਇਆਂ ਇਹ ਫੈਸਲਾ ਲਿਆ ਅਤੇ ਠੀਕ ਹੈ ਕਿ ਮੇਰਾ ਤਾਂ ਫੈਸਲਾ ਸੀ ਨਹੀਂ ਰਾਜਨੀਤੀ 'ਚ ਆਉਣਾ, ਜੇ ਸੰਗਤ ਚਾਹੁੰਦੀ ਹੈ ਕਿ ਮੈਂ ਰਾਜਨੀਤੀ 'ਚ ਆਵਾਂ ਤਾਂ ਮੈਂ ਸੰਗਤ ਤੋਂ ਵੱਡਾ ਨਹੀਂ ਗਾ, ਮੈਂ ਸੰਗਤ ਦਾ ਹੁਕਮ ਮੰਨਦਾ ਅਤੇ ਬਾਕੀ ਸੰਗਤ ਦਾ ਫੈਸਲਾ। ਬਾਕੀ ਹੁਣ ਲੜਾਈ ਵੀ ਸੰਗਤ ਨੇ ਲੜਨੀ ਹੈ ਜੀ, ਨਾ ਤਾਂ ਭਾਈ ਸਾਹਿਬ ਅੰਦਰ ਆ, ਅੱਜ ਸਾਡੇ ਕੋਲ ਇਹੋ ਜਿਹੀ ਸਮਰੱਥਾ ਨਹੀਂ ਹੈਗੀ। ਬਾਕੀ ਜੋ ਪੁਰਾਣੀਆਂ ਟੀਮਾਂ ਜੋ ਇਹ ਬਲੇਰ ਸਾਹਿਬ ਹੋਣੀਆਂ ਹੋਰ ਸਾਰੇ ਇਹਨਾਂ ਦਾ ਹੀ ਫਰਜ਼ ਆ ਅਤੇ ਇਹ ਅੱਗੇ ਹੋ ਕੇ ਕਰ ਰਹੇ ਸਭ ਕੁਛ ਅਤੇ ਬਾਕੀ ਨੌਜਵਾਨਾਂ ਨੂੰ ਅਪੀਲ ਆ ਕਿ ਇਹ ਸੰਘਰਸ਼ ਲੜਾਈ ਸਾਡੀ ਬਹੁਤ ਵੱਡੀ ਆ,
ਬੜੇ ਉਹੋ ਜਿਹੇ ਲੋਕਾਂ ਨਾਲ ਆ ਜਿਹਨਾਂ ਕੋਲ ਸਭ ਤਰ੍ਹਾਂ ਦੇ ਉਲਟੇ ਸਿੱਧੇ ਹਥਿਆਰ ਵਰਤਣ ਦਾ ਉਹਨਾਂ ਨੂੰ ਹੈ ਵੀ ਆ। ਆਪਣੇ ਕੋਲ ਤਾਂ ਕੋਈ ਇੱਦਾਂ ਦਾ ਹੈ ਨਹੀਂ ਹੈਗਾ ਸਿਸਟਮ, ਆਪਾਂ ਤਾਂ ਸੱਚ ਦੇ ਤੇ ਪਹਿਰਾ ਦੇਣ ਵਾਸਤੇ ਖੜੇ ਹਾਂ। ਇਸ ਮੌਕੇ ਵਿਰਸਾ ਸਿੰਘ ਵਡੋਹਾ ਨੂੰ ਸਮਰਥਨ ਦੇਣ ਦੇ ਸਵਾਲ ਉੱਤੇ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਬੋਲਦੇ ਹੋਏ ਨਜ਼ਰ ਆਏ। ਉਹਨਾਂ ਕਿਹਾ ਹੈ ਕਿ ਜਿਸ ਪਾਰਟੀ ਨੇ ਪੰਥ ਦਾ ਘਾਣ ਕੀਤਾ ਹੋਵੇ ਅਸੀਂ ਉਹਨਾਂ ਨੂੰ ਸਮਰਥਨ ਕਿਵੇਂ ਦੇ ਸਕਦੇ ਹਾਂ, ਤੇ ਅਜਿਹਾ ਸੀ ਉਹਨਾਂ ਦੇ ਨਾਲ ਕੋਈ ਵੀ ਵਾਅਦਾ ਨਹੀਂ ਕੀਤਾ ਸੀ। ਨਹੀਂ ਜੀ, ਇਹੋ ਜਿਹੀਆਂ ਗੱਲਾਂ ਕੋਈ ਪਰਿਵਾਰ ਨੇ ਕਿਸੇ ਨਾਲ ਵਾਅਦਾ ਨਹੀਂ ਕੀਤਾ। ਅਸੀਂ ਪੰਥ ਨਾਲ ਆ ਤੇ ਪੰਥ ਦੇ ਜਿਹੜਾ ਸਭ ਤੋਂ ਨੇੜੇ ਹੋਊਗਾ ਜੇ ਸਮਰਥਨ ਵੀ ਕਰਾਂਗੇ ਤਾਂ ਉਹਨੂੰ ਕਰਾਂਗੇ। ਇਹ ਤੇ ਉਹ ਜੋ ਉਹਨਾਂ ਨੇ ਪੰਥ ਦੀ ਹਾਲਾਤ ਬਣਾ ਛੱਡੇ ਆ, ਉਹ ਇੰਨੇ ਸਾਲ ਉਹਨਾਂ ਨੇ ਰਾਜ ਵੀ ਕੀਤਾ, ਇੰਨੇ ਸਾਲਾਂ ਤੋਂ ਇਸ ਚੀਜ਼ ਵਿੱਚ ਰਹੇ, ਉਹ ਸਾਰਿਆਂ ਨੂੰ ਹੀ ਪਤਾ ਵਾ। ਬਾਕੀ ਪੰਥ ਕਹਿਣ ਨਾਲ ਪੰਥ ਕਿਹਨੇ ਹੋ ਜਾਂਦਾ ਕੋਈ ਸੰਗਤਾਂ ਨੂੰ। ਤੇ ਉਧਰ ਆਪਣੀ ਸੀਟ ਛੱਡ ਕੇ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਪ੍ਰਚਾਰ ਕਰ ਰਹੇ ਹਰਦੀਪ ਸਿੰਘ ਬਲੇਰ ਦਾ ਬਿਆਨ ਵੀ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਕੌਮ ਲਈ ਸਿਰ ਤੱਕ ਕੁਰਬਾਨ ਕਰਨਾ ਪੈ ਸਕਦਾ ਹੈ ਤਾਂ ਇਹ ਸੀਟ ਤਾਂ ਕੀ ਚੀਜ਼ ਹੈ। ਖਡੂਰ ਸਾਹਿਬ ਹਲਕੇ ਵਿੱਚ ਵੀ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਤੇਜ਼ ਹੋ ਚੁੱਕਿਆ ਹੈ। ਪ੍ਰਚਾਰ ਕਰ ਰਹੀ ਸੰਗਤ ਦਾ ਕਹਿਣਾ ਹੈ ਕਿ ਫੈਸਲਾ ਹੁਣ ਲੋਕਾਂ ਦੇ ਹੱਥ ਵਿੱਚ ਹੈ ਕਿ ਉਹਨਾਂ ਨੇ ਆਪਣੇ ਬੱਚਿਆਂ ਨੂੰ ਗੁਰਸਿੱਖ ਬਣਾਉਣਾ ਹੈ ਜਾਂ ਫਿਰ ਨਸ਼ੇੜੀਆਂ ਦੇ ਹੱਥ ਵਿੱਚ ਦੇਣਾ ਹੈ। ਅੰਮ੍ਰਿਤਪਾਲ ਇੱਦਾਂ ਆਇਆ ਦੇਣ ਅੰਮ੍ਰਿਤਪਾਲ ਦੀ, ਜਿੱਦਣ ਮੋਰਚਾ ਲੱਗਾ ਸਿੰਘ ਟੋਪੀ ਪਾ ਕੇ ਆਇਆ, ਅਸੀਂ ਇਹਨੂੰ ਆਖਿਆ ਵੀ ਸਿੰਘਾ ਤੂੰ ਤੇਰੇ ਟੋਪੀ ਨੀ ਸਿਰ ਤੇ ਸਜਦੀ ਸੀ। ਉਦੋਂ ਤੋਂ ਸਿੰਘ ਨੇ ਦਸਤਾਰ ਸਜਾਈ ਤੇ ਮੋਰਚੇ 'ਚ ਹਾਜ਼ਰ ਆ। ਅੱਜ ਇਹ ਜਿਵੇਂ ਮੰਨ ਲਓ ਵੀ ਦੇਣ ਆਇਆ ਆਪਣਾ ਖਾਲਸਾ ਦਿਵਸ ਦਾ, ਅੰਮ੍ਰਿਤ ਛਕ ਕੇ ਆਇਆ, ਗੁਰੂ ਵਾਲਾ ਬਣਿਆ ਆ, ਆਨੰਦਪੁਰ ਸਾਹਿਬ ਆਪਦੇ ਘਰ ਵੜ ਗਿਆ ਆ ਜਾ ਕੇ। ਆ ਦੇਣ ਆ ਅੰਮ੍ਰਿਤਪਾਲ ਦੀ ਬੋਲੇ ਸੋਨਿਆ ਜੈ ਸ੍ਰੀ ਅਕਾਲ। ਬਿਊਰੋ ਰਿਪੋਰਟ। ਤੇ ਉਧਰ ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਲਈ ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਇੱਕ ਜ਼ਰੂਰੀ ਅਪੀਲ ਕੀਤੀ ਹੈ। ਉਹਨਾਂ ਕਿਹਾ ਹੈ ਕਿ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਪਰਿਵਾਰ ਕੋਰਟ ਪਹੁੰਚੇ ਅਤੇ ਜਾ ਕੇ ਪਤਾ ਕਰੇ ਕਿ ਆਖਰ ਅੰਮ੍ਰਿਤਪਾਲ ਸਿੰਘ ਦੇ ਉੱਤੇ ਕਿਹੜੇ ਕਿਹੜੇ ਕੇਸ ਦਰਜ ਕੀਤੇ ਗਏ ਹਨ, ਕਿਉਂਕਿ ਪ੍ਰਸ਼ਾਸਨ ਨੇ ਇਸ ਬਾਰੇ ਜਾਣਕਾਰੀ ਪਰਿਵਾਰ ਨੂੰ ਨਹੀਂ ਦੇਣੀ ਹੈ ਅਤੇ ਜਦੋਂ ਇਹ ਜਾਣਕਾਰੀ ਮਿਲ ਜਾਵੇਗੀ ਤਾਂ ਉੱਥੋਂ ਇਹ ਲਿਖਵਾ ਕੇ ਲੈ ਆਉਣ ਅਤੇ ਉਸ ਤੋਂ ਬਾਅਦ ਹੀ ਨਾਮਜ਼ਦਗੀ ਪੱਤਰ ਭਰਿਆ ਜਾਵੇ, ਕਿਉਂਕਿ ਸਰਕਾਰ ਅੰਮ੍ਰਿਤਪਾਲ ਨੂੰ ਚੋਣ ਲੜਨ ਤੋਂ ਰੋਕਣ ਲਈ ਹਰ ਕੋਸ਼ਿਸ਼ ਕਰੇਗੀ। ਇਹ ਕਾਨੂੰਨੀ ਪ੍ਰਕਿਰਿਆ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ। ਸਾਰੀ ਸਿੱਖ ਕੌਮ ਨੇ ਸਰਬਸੰਮਤੀ ਨਾਲ ਜਿਹੜਾ ਫੈਸਲਾ ਕੀਤਾ ਹੈ ਕਿ ਉਹ ਪੰਥਕ ਆਗੂਆਂ ਨੂੰ ਹੀ ਜਿਤਾਉਣਗੇ, ਜਿਹਦੇ 'ਚ ਮੁੱਖ ਤੌਰ 'ਤੇ ਗੱਲ ਚੱਲੀ ਹੈ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ, ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ, ਪਰ ਉਹਨਾਂ ਨੂੰ ਦੱਸਿਆ ਨਹੀਂ ਗਿਆ ਕਿ ਉਹਨਾਂ 'ਤੇ ਕੇਸ ਕਿਹੜੇ ਨੇ। ਸੋ ਹੁਣ ਮਾਤਾ ਪਿਤਾ ਇਹ ਪੁੱਛ ਰਹੇ ਨੇ ਕਿ ਸਾਨੂੰ ਦੱਸਿਆ ਜਾਵੇ, ਪ੍ਰਸ਼ਾਸਨ ਨੇ ਨਹੀਂ ਦੱਸਣਾ ਉਹਨਾਂ ਨੂੰ। ਬਿਨਾਂ ਦੇਰ ਕੀਤਿਆਂ ਸਰਦਾਰ ਹਰਪਾਲ ਸਿੰਘ ਬਲੇਰ ਸਾਹਿਬ ਨੂੰ ਨਾਲ ਲੈ ਕੇ ਸਿੱਧਾ ਕੋਰਟ ਜਾਣਾ ਚਾਹੀਦਾ ਤਾਂ ਜੋ ਕੋਰਟ ਦੇ ਵਿੱਚੋਂ ਜਵਾਬ ਲੈ ਕੇ ਉਹ ਆਪਣੇ ਕਾਗਜ਼ ਭਰਨ ਦਾ ਰਾਹ ਪੱਧਰਾ ਕਰਨ। ਇੱਕ ਵਾਰ ਫਿਰ ਬੇਨਤੀ ਹੈ ਕਿ ਬਿਨਾਂ ਟਾਈਮ ਗਵਾਇਆਂ ਅੰਮ੍ਰਿਤਪਾਲ ਸਿੰਘ ਜੀ ਦਾ ਪਰਿਵਾਰ ਕੋਰਟ ਵਿੱਚ ਜਾਵੇ ਅਤੇ ਜਾ ਕੇ ਪੁੱਛੇ ਕਿ ਸਾਡੇ 'ਤੇ ਕੇਸ ਹੈ ਜਾਂ ਨਹੀਂ, ਤਾਂ ਜੋ ਕਾਗਜ਼ ਭਰਨ ਵਿੱਚ ਕੋਈ ਦਿੱਕਤ ਨਾ ਆਵੇ। ਮੈਂ ਹਰਪਾਲ ਸਿੰਘ ਬਲੇਰ ਨੂੰ ਵੀ ਬੇਨਤੀ ਕਰਦਾ ਕਿ ਉਹ ਜਲਦੀ ਤੋਂ ਜਲਦੀ ਪਰਿਵਾਰ ਨੂੰ ਲੈ ਕੇ ਕੋਰਟ ਦੇ ਵਿੱਚ ਜਾਣ।
ਸ਼ੰਭੂ ਰੇਲਵੇ ਟਰੈਕ ਉੱਤੇ ਕਿਸਾਨਾਂ ਨੂੰ ਅੰਦੋਲਨ ਕਰਦਿਆਂ ਨੂੰ 17 ਦਿਨ ਹੋ ਚੁੱਕੇ ਹਨ, ਜਿਸ ਤੋਂ ਬਾਅਦ ਕਿਸਾਨ ਆਗੂ ਸਰਵਨ ਸਿੰਘ ਪੰਧੇਰ ਨੇ ਹੋਣ ਵਾਲੀ ਅੱਗੇ ਦੀ ਰਣਨੀਤੀ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ 19 ਮਈ ਨੂੰ ਹਰਿਆਣਾ ਦੇ ਕੈਥਲ ਦੇ ਵਿੱਚ ਇੱਕ ਵੱਡੀ ਕਿਸਾਨ ਮਹਾਂਪੰਚਾਇਤ ਹੋਵੇਗੀ ਅਤੇ ਕਿਸਾਨ ਹਰਿਆਣਾ ਦੇ ਬਾਰਡਰਾਂ ਉੱਤੇ ਲੱਖਾਂ ਦਾ ਇਕੱਠ ਕਰਨਗੇ, ਜਿੱਥੇ ਹਰਿਆਣੇ ਦੇ ਕਿਸਾਨਾਂ ਦੀ ਰਿਹਾਈ ਵਾਸਤੇ ਮੋਰਚੇ ਚੱਲਦੇ ਨੂੰ 17ਵਾਂ ਦਿਨ ਹੋ ਗਿਆ। ਜਿਹੜਾ ਸਾਡਾ ਪੂਰੀਆਂ ਦੇਸ਼ ਦੀਆਂ ਮੰਗਾਂ ਵਾਸਤੇ ਮੋਰਚਾ ਹਰਿਆਣੇ ਦੇ ਬਾਰਡਰਾਂ 'ਤੇ, ਰਾਜਸਥਾਨ ਦੇ ਬਾਰਡਰ 'ਤੇ ਚੱਲ ਰਿਹਾ, ਉਹਨੂੰ 81ਵਾਂ ਦਿਨ ਹੋ ਚੁੱਕਾ ਵਾ। ਜਿਵੇਂ ਪੂਰੀ ਦੁਨੀਆ ਦੀਆਂ ਖਬਰਾਂ ਆ ਰਹੀਆਂ ਨੇ ਵੀ ਇੱਥੇ ਆਲਮੀ ਪੱਧਰ ਦੀ ਜਿਹੜੀ ਤਪਸ਼ ਆ ਉਹ ਵੱਧ ਰਹੀ, ਮੌਸਮ ਗਰਮ ਹੋ ਰਿਹਾ, ਉੜੀਸਾ 'ਚ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈਗੀ ਆ, ਕੇਰਲ 'ਚ ਵੀ ਖਬਰਾਂ ਨੇ। ਤੋ ਅਸੀਂ ਪਹਿਲਾਂ ਤੋਂ ਕਹਿੰਦੇ ਆ ਰਹੇ ਹਾਂ ਵੀ ਜਿਵੇਂ ਅਮਰੀਕਾ ਗ੍ਰੀਨ ਹਾਊਸ ਗੈਸਾਂ ਪੈਦਾ ਕਰ ਰਿਹਾ ਸਭ ਤੋਂ ਜ਼ਿਆਦਾ ਚਾਈਨਾ, ਜਾਂ ਸਾਡੇ ਭਾਰਤ ਦੀ ਪ੍ਰਸਥਿਤੀ ਦੇਖੀਏ ਸਭ ਤੋਂ ਵੱਧ ਇੰਡਸਟਰੀ ਹਵਾ ਦਾ ਪ੍ਰਦੂਸ਼ਣ ਪੈਦਾ ਕਰ ਰਹੀ ਆ, ਔਰ ਜ਼ਮੀਨ ਹੇਠਲੇ ਪਾਣੀ ਨੂੰ ਵੀ ਪੋਲੂਟਡ ਕਰ ਰਹੀ ਆ, ਪਰ ਇਸ ਵੇਲੇ ਕੋਈ ਵੀ ਪੋਲੀਟੀਕਲ ਪਾਰਟੀ ਉਸ ਏਜੰਡੇ 'ਤੇ ਬੋਲ ਰਹੀ ਨਾ, ਸਵੈਮ ਮੋਦੀ ਸਰਕਾਰ ਨੇ ਪਿਛਲੇ 10 ਸਾਲਾਂ 'ਤੇ ਇਹਦੇ 'ਤੇ ਕੋਈ ਕੰਮ ਕੀਤਾ। ਹੁਣ ਸਾਨੂੰ ਕਿਸਾਨਾਂ ਨੂੰ ਇਹਦਾ ਬਹੁਤ ਨੁਕਸਾਨ ਹੁੰਦਾ। ਹੁਣ ਵੇਖੋ ਬੇਮੌਸਮੀ ਬਾਰਿਸ਼ ਹੋ ਰਹੀ ਆ, ਬਰਸਾਤ ਕਰਕੇ ਸਾਡਾ ਨੁਕਸਾਨ ਹੁੰਦਾ, ਹਨੇਰੀ ਝੱਖੜ ਆ ਜਾਂਦੀ ਆ ਉਹਦੇ ਕਰਕੇ ਸਾਡਾ ਨੁਕਸਾਨ ਹੁੰਦਾ, ਜੇ ਸੋਕਾ ਪੈਂਦਾ ਉਹਦੀ ਮਾਰ ਵੀ ਸਾਨੂੰ ਪੈਂਦੀ। ਇਸੇ ਕਰਕੇ ਅਸੀਂ ਆਪਣੇ ਮੰਗ ਕੀਤੀ ਸੀ ਵੀ ਫਸਲਾਂ ਦੇ ਜਿਹੜਾ ਫਸਲੀ ਬੀਮਾ ਯੋਜਨਾ ਵਾ ਉਹ ਲਾਗੂ ਕੀਤੀ ਜਾਵੇ, ਸਰਕਾਰ ਆਪਣੇ ਪ੍ਰੀਮੀਅਮ 'ਤੇ ਕਰੇ, ਸਾਡਾ ਆਰਥਿਕ ਨੁਕਸਾਨ ਦੀ ਭਰਪਾਈ ਹੋ ਸਕੇ, ਜਾਂ ਜੰਗਲ ਨੂੰ ਬੜਾਵਾ ਦੇਣ ਵਾਸਤੇ ਕੋਈ ਸਰਕਾਰ ਨੂੰ ਖੇਤੀ ਸੈਕਟਰ ਵਿੱਚ ਵੀ ਬਹੁਤ ਸਾਰੀਆਂ ਫਸਲਾਂ ਸਫੈਦਾ ਵਾ ਪਾਪੂਲਰ ਜਾਂ ਹੋਰ ਚੀਜ਼ਾਂ ਪੈਦਾ ਕੀਤੀਆਂ ਜਾ ਸਕਦੀਆਂ ਜੇ ਮੰਡੀ ਸਾਨੂੰ ਮਿਲ ਜਾਵੇ, ਔਰ ਇਸ ਕਰਕੇ ਇਸ ਵਿਸ਼ੇ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈਗਾ। ਇਦੋਂ ਗਾਹਾਂ ਅਮਰੀਕਾ ਦੇ ਵਿੱਚ ਯੂਨੀਵਰਸਿਟੀਆਂ ਦੇ ਵਿੱਚ ਵਿਦਿਆਰਥੀ ਲਗਾਤਾਰ ਫਲਸਤੀਨ ਦੇ ਮੁੱਦੇ ਨੂੰ ਲੈ ਕੇ ਵਿਰੋਧ ਕਰ ਰਹੇ ਨੇ, ਕੁਛ ਵਿਦਿਆਰਥੀ ਇਸਰਾਇਲ ਦੇ ਹੱਕ 'ਚ ਬੋਲ ਰਹੇ ਨੇ, ਜਿਵੇਂ ਅਮਰੀਕਾ ਦੀ ਸਰਕਾਰ ਜਬਰ ਕਰ ਰਹੀ ਆ ਵਿਦਿਆਰਥੀਆਂ 'ਤੇ, ਉਹਨਾਂ ਨੂੰ ਇਸ ਕਿਸਮ ਦਾ ਜਬਰ ਨਹੀਂ ਕਰਨਾ ਚਾਹੀਦਾ। ਦੋਵੇਂ ਪੱਖ ਵਾਲੇ ਵਿਦਿਆਰਥੀਆਂ ਨਾਲ ਇਕੁਅਲ ਜਿਹੜਾ ਬਿਹੇਵ ਕਰਨਾ ਚਾਹੀਦਾ ਵਾ। ਇਹਦੇ ਨਾਲ ਦੀ ਨਾਲ ਜਿਹੜੇ ਮੋਰਚੇ ਨੇ ਐਲਾਨ ਕੀਤਾ ਵੀ ਜਿੱਦਣ 100 ਦਿਨ ਪੂਰੇ ਹੋਣੇ ਨੇ ਉੱਦਣ ਸ਼ੰਭੂ ਖਨੌਰੀ ਡੱਬ ਵਾਲੀ ਰਤਨਪੁਰਾ ਰਾਜਸਥਾਨ ਦੇ ਵਿੱਚ ਲੱਖਾਂ ਦੇ ਇਕੱਠ ਕਰਨੇ ਨੇ। ਇਸ ਕਰਕੇ ਸਾਰੇ ਕਿਸਾਨਾਂ ਮਜ਼ਦੂਰਾਂ ਨੌਜਵਾਨਾਂ ਮਾਤਾਵਾਂ ਭੈਣਾਂ ਨੂੰ ਬੇਨਤੀ ਹੈ, ਇਕੱਠ ਜੜ੍ਹਾਂ ਹਿਲਾ ਦੂਗਾ ਮੋਦੀ ਦੀਆਂ। ਨਵਾਂ ਐਲਾਨ ਅਸੀਂ ਇਹ ਕਰ ਰਹੇ ਹਾਂ ਵੀ ਕੈਥਲ ਦੇ ਵਿੱਚ ਦੋਵਾਂ ਫੋਰਮਾਂ ਵੱਲੋਂ ਵੱਡੀ ਮਹਾਂਪੰਚਾਇਤ 19 ਮਈ ਨੂੰ ਕੀਤੀ ਜਾਊਗੀ। ਸੋ ਹਰਿਆਣੇ ਦੇ ਸਾਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ, ਜਿਸ ਦੇ ਵਿੱਚ ਦੱਸਿਆ ਗਿਆ ਕਿ ਸੁਰੱਖਿਆ ਘਟਾਉਣ ਕਰਕੇ ਹੀ ਮੂਸੇਵਾਲਾ ਦੀ ਮੌਤ ਹੋਈ ਹੈ, ਜਿਸ ਨੂੰ ਲੈ ਕੇ ਵਿਰੋਧੀ ਪੰਜਾਬ ਦੀ ਭਗਵੰਤ ਮਾਨ ਸਰਕਾਰ ਉੱਤੇ ਸਵਾਲ ਚੁੱਕ ਰਹੇ ਹਨ ਅਤੇ ਕਹਿ ਰਹੇ ਹਨ ਕਿ ਮੂਸੇਵਾਲਾ ਦੀ ਮੌਤ ਦਾ ਜ਼ਿੰਮੇਵਾਰ ਭਗਵੰਤ ਮਾਨ ਹੈ, ਜਿਸ ਲਈ ਉਸਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਅੱਜ ਐਡਵੋਕੇਟ ਜਨਰਲ ਸਾਹਿਬ ਕਹਿ ਰਹੇ ਹੈ ਕਿ ਸਿੱਧੂ ਮੂਸੇਵਾਲੇ ਦੀ ਮੌਤ ਦਾ ਕਾਰਨ ਜਿਹੜੀ ਉਹਦੀ ਸਿਕਿਉਰਿਟੀ ਵਾਪਸ ਲਈ ਸੀ ਉਹ ਕਾਰਨ ਬਣਿਆ ਉਹਦਾ। ਉਹ ਸਿਕਿਉਰਿਟੀ ਵਾਪਸ ਕਿਹਨੇ ਲਈ? ਹੋਮ ਮਿਨਿਸਟਰ ਕੌਣ ਸੀ? ਭਗਵੰਤ ਮਾਨ। ਉਹ ਸਿਕਿਉਰਿਟੀ ਦੀ ਖਬਰ ਲੀਕ ਕਿਹਨੇ ਕੀਤੀ? ਸੀਐਮ ਭਗਵੰਤ ਮਾਨ ਦੇ ਐਡਵਾਈਜ਼ਰ ਬਲਤੇਜ ਪੰਨੂ ਨੇ, ਚੀਫ ਮਿਨਿਸਟਰ ਦੇ ਦਫ਼ਤਰ ਨੇ ਇਹ ਖਬਰ ਲੀਕ ਕੀਤੀ ਹੈ। ਔਰ ਖਬਰ ਲੀਕ ਕਰਨ ਤੋਂ ਬਾਅਦ ਲੋਕ ਜਿਨ੍ਹਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਨ ਦੀ ਸਾਜਿਸ਼ ਬਣਾਈ ਸੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਦੇ ਨਾਲ ਸਿਕਿਉਰਿਟੀ ਨਹੀਂ ਆ, ਉਹਨੂੰ 2 ਦਿਨਾਂ ਦੇ ਅੰਦਰ ਅੰਦਰ ਮਾਰ ਕੇ ਢੇਰ ਕਰਤਾ। ਅੱਜ ਜਦ ਐਡਵੋਕੇਟ ਜਨਰਲ ਪੰਜਾਬ ਦਾ ਇਹ ਗੱਲ ਆਨਰੇਬਲ ਸੁਪਰੀਮ ਕੋਰਟ 'ਚ ਮੰਨੀ ਜਾਂਦਾ
ਤੇ ਫਿਰ ਮੈਂ ਮੰਗ ਕਰਦਾ ਕਿ ਪਰਚਾ ਸਿੱਧਾ ਦਰਜ ਹੋਵੇ ਭਗਵੰਤ ਮਾਨ ਤੇ, ਬਲਤੇਜ ਪੰਨੂ ਤੇ, ਜਿਨ੍ਹਾਂ ਦੇ ਕਾਰਨਾ ਕਰਕੇ, ਜਿਨ੍ਹਾਂ ਦੀ ਨਲਾਇਕੀ ਕਰਕੇ, ਜਿਨ੍ਹਾਂ ਦੀ ਮਿਲੀ ਭੁਗਤ ਕਰਕੇ ਅੱਜ ਸਿੱਧੂ ਮੂਸੇਵਾਲਾ ਇਹ ਸੰਸਾਰ 'ਚ ਨਹੀਂ ਹੈ। ਉਹਨਾਂ ਦੇ ਮਾਤਾ ਪਿਤਾ ਜਿਹੜੀ ਗੱਲ ਕਰਦੇ ਸੀ, ਜਿਹੜੀ ਗੱਲ ਲੋਕ ਪੰਜਾਬ ਦੇ ਕਰਦੇ ਸੀ, ਦੇਸ਼ ਦੁਨੀਆ 'ਚ ਕਰਦੇ ਸੀ, ਅੱਜ ਉਹ ਗੱਲ ਸੁਪਰੀਮ ਕੋਰਟ 'ਚ ਪੰਜਾਬ ਦੇ ਐਡਵੋਕੇਟ ਜਨਰਲ ਨੇ ਆਨ ਰਿਕਾਰਡ ਮੰਨੀ ਕਿ ਸਿੱਧੂ ਮੂਸੇਵਾਲੇ ਦੀ ਡੈਥ ਦਾ ਕਾਰਨ ਪੰਜਾਬ ਸਰਕਾਰ ਦੀ ਸਿਕਿਉਰਿਟੀ ਘਟਾਉਣਾ, ਔਰ ਉਹ ਸਿਕਿਉਰਿਟੀ ਭਗਵੰਤ ਮਾਨ ਨੇ ਘਟਾਈ ਸੀ, ਇਸ ਲਈ ਪਰਚਾ ਦਰਜ ਹੋਵੇ ਪੰਨੂ ਤੇ, ਬਲਤੇਜ ਪੰਨੂ ਐਡਵਾਈਜ਼ਰ ਤੇ ਭਗਵੰਤ ਮਾਨ ਤੇ। ਔਰ ਇਹ ਸਾਰੇ ਕਾਗਜ਼ ਮੈਂ ਹੁਣੇ ਟਵੀਟ ਕਰਕੇ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਲੋਕਾਂ ਤੱਕ ਸੱਚ ਪਹੁੰਚੇ, ਔਰ ਮੈਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਸਮਾਂ ਆ ਗਿਆ, ਜਾਗੋ ਇਸ ਨਿਕੰਮੀ ਸਰਕਾਰ ਨੂੰ, ਭਗਵੰਤ ਮਾਨ ਦੀ ਨਿਕੰਮੀ ਕਾਰਗੁਜ਼ਾਰੀ ਨੂੰ, ਇਹਦਾ ਘੇਰਾ ਪਾਓ। ਲੋਕਾਂ ਅੱਗੇ ਜਿਨ੍ਹਾਂ ਨੇ ਲਾਅ ਐਂਡ ਆਰਡਰ ਪੰਜਾਬ ਦਾ ਫੇਲ ਕਰਤਾ, ਉਹਨਾਂ ਦੇ ਚਿਹਰੇ ਨੰਗੇ ਹੋਣ ਤੇ ਉਹਨਾਂ ਦੇ ਸੱਚ ਸਾਹਮਣੇ ਆਵੇ, ਸਿੱਧੂ ਮੂਸੇਵਾਲੇ ਨੂੰ ਇਨਸਾਫ ਮਿਲੇ। ਔਰ ਇਹ ਵੀ ਨਾ ਭੁੱਲੋ ਕਿ ਇਹ ਉਹੀ ਮੁੱਖ ਮੰਤਰੀ ਹੈ ਜਿਹਨੇ ਜੇਲ੍ਹਾਂ 'ਚੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਵਾਈ ਹੋਈ ਹੈ, ਔਰ ਅੱਜ ਤੱਕ ਆਨਰੇਬਲ ਹਾਈ ਕੋਰਟ 'ਚ ਉਸ ਦੀ ਕੋਈ ਕਾਰਵਾਈ ਨਹੀਂ ਹੋਈ, ਹਾਈ ਕੋਰਟ 'ਚੋਂ ਕੇਸ ਚੱਲਦਾ। ਇਸ ਲਈ ਇਨਸਾਫ ਨਹੀਂ ਮਿਲਣਾ, ਇਹਨਾਂ ਨੂੰ ਘੇਰਨਾ ਪੈਣਾ ਔਰ ਇਨਸਾਫ ਲੈਣਾ ਪੈਣਾ। ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਲਬੀਰ ਗੋਲਡੀ ਦੇ ਆਪ ਦੇ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕਾਂਗਰਸ ਦੇ ਵਿੱਚ ਵਾਰ ਅਤੇ ਪਲਟਵਾਰ ਸ਼ੁਰੂ ਹੋ ਚੁੱਕਿਆ। ਬੀਤੇ ਦਿਨੀ ਦਲਬੀਰ ਗੋਲਡੀ ਨੇ ਸੋਸ਼ਲ ਮੀਡੀਆ ਉੱਤੇ ਲਾਈਵ ਹੋ ਕੇ ਕਾਂਗਰਸ ਖਿਲਾਫ ਰੋਸ ਜ਼ਾਹਿਰ ਕੀਤਾ ਸੀ, ਤੇ ਖਾਸ ਕਰਕੇ ਉਹਨਾਂ ਸੁਖਪਾਲ ਸਿੰਘ ਖਹਿਰਾ ਉੱਤੇ ਕਈ ਇਲਜ਼ਾਮ ਲਗਾਏ ਸਨ, ਜਿਸ ਤੋਂ ਬਾਅਦ ਅੱਜ ਖਹਿਰਾ ਉਹਨਾਂ ਸਵਾਲਾਂ ਦਾ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ। ਉਹਨਾਂ ਦਾ ਕਹਿਣਾ ਹੈ ਕਿ ਮੈਂ ਗੋਲਡੀ ਨੂੰ ਕਈ ਵਾਰ ਮੈਸੇਜ ਕੀਤੇ ਸਨ, ਪਰ ਉਸਦਾ ਕੋਈ ਵੀ ਜਵਾਬ ਨਹੀਂ ਆਇਆ ਸੀ। ਮੈਂ ਜਿੱਦਣ ਇਹਨਾਂ ਦੇ ਘਰ ਆਇਆ ਉਦੋਂ ਤੁਸੀਂ ਸਾਰੇ ਇੱਥੇ ਹਾਜ਼ਰ ਸੀਗੇ, ਤੁਹਾਡੀ ਹਾਜ਼ਰੀ 'ਚ ਬੋਲਿਆ ਮੈਂ ਉਹਨੂੰ, ਕੋਈ ਬਾਂਹ ਤਾਂ ਨਹੀਂ ਉਹਦੀ ਮਰੋੜੀ। ਉਹਦੀ ਵਾਈਫ ਨੇ ਨਾਅਰੇ ਲਾਏ ਸਾਡੇ ਹੱਕ ਵਿੱਚ। ਗੋਲਡੀ ਨੇ ਆਪਣੀਆਂ ਇੰਟਰਵਿਊਆਂ 'ਚ ਕਿਹਾ ਵਾ ਕਿ ਖਹਿਰਾ ਇੱਕ ਫਾਈਟਰ ਆ, ਉਦੋਂ ਤੱਕ ਠੀਕ ਸੀ ਨਾ। ਉਸ ਤੋਂ ਬਾਅਦ 3 ਕੁ ਦਿਨ ਛੱਡ ਕੇ ਮੈਨੂੰ ਘਰ ਆਪਣੇ ਖਾਣੇ 'ਤੇ ਬੁਲਾਇਆ ਵਾ, ਫਿਰ ਸਾਰੇ ਫਿਰ MC ਸੱਦੇ ਆ, ਫਿਰ ਸਾਰੇ ਛੋਟੇ ਮੋਟੇ ਸਰਪੰਚ ਫਿਰ ਸੱਦੇ ਆ, ਦਫ਼ਤਰ ਦੇ ਵਿੱਚ ਬੈਠ ਕੇ ਸਾਰੀ ਫਿਰ ਮੀਟਿੰਗ ਕੀਤੀ, ਉਦੋਂ ਮੀਡੀਆ ਨਹੀਂ ਸੱਦਿਆ। ਅਤੇ ਉਸ ਤੋਂ 1.5 ਦਿਨ ਬਾਅਦ ਕਿਹੜੀ ਗੱਲ ਹੋ ਗਈ ਕਿ ਖਹਿਰੇ ਨੇ ਕੰਪੇਨ 'ਚ ਨਹੀਂ ਲੈ ਕੇ ਗਿਆ? ਮੈਂ ਉਹ ਅਕਸਰ ਜੇ ਆਪਣਾ ਅਵੇਲੇਬਲ ਹੁੰਦਾ ਤਾਂ ਹੀ ਉਹ ਕੰਪੇਨ 'ਚ ਜਾਂਦਾ। ਮੈਂ ਕਚਹਿਰੀ 'ਚ ਮੀਟਿੰਗ ਰੱਖੀ ਸੀਗੀ, ਇਹਦੇ ਕਚਹਿਰੀ ਵਾਲੀ ਮੀਟਿੰਗ 'ਚ ਵੀ ਸੁਣੋ ਨਾ, ਉਹ ਗਲਤ ਕਹਿ ਰਹੇ ਨੇ ਨਾ। ਕਚਹਿਰੀ ਦੀ ਮੀਟਿੰਗ ਰਾਤ 9 ਵਜੇ ਤੈਅ ਹੁੰਦੀ ਆ ਕਿ ਅਗਲੇ ਦਿਨ ਅਸੀਂ ਬਾਹਰ ਦੀ ਮੀਟਿੰਗ 'ਚ ਜਾਣਾ ਵਾ। ਮੈਂ ਇਹਨੂੰ ਟੈਲੀਫੋਨ ਕਰਨ ਲੱਗ ਜਾਂਦਾ, ਜਦੋਂ ਘੰਟੀਆਂ ਜਾਣ ਲੱਗ ਗਈਆਂ ਇਹਨੇ ਟੈਲੀਫੋਨ ਬੰਦ ਕਰ ਦਿੱਤਾ, ਦੈਟ ਮੀਨਸ ਮੇਰੀ ਰਿੰਗ ਜਾ ਚੁੱਕੀ ਹੈ। ਫਿਰ ਮੈਂ ਤੁਹਾਨੂੰ ਟੈਕਸਟ ਦਿਖਾਉਣਾ ਚਾਹੁੰਦਾ, ਵੈਸੇ ਇਹਨੂੰ ਝੂਠਾ ਸਾਬਰ ਅਨੇਕ ਮੇਰਾ ਫੋਨ ਲਿਆਇਓ, ਫਿਰ ਮੈਂ ਇਹਨੂੰ ਟੈਕਸਟ ਕੀਤਾ ਮੈਸੇਜ ਉੱਦਣ ਹੀ ਰਾਤ ਨੂੰ, ਜਿੱਦਣ ਅਗਲੇ ਦਿਨ ਸਵੇਰੇ ਜਾਣਾ ਸੀਗਾ ਬਾਹਰ ਦੀ ਮੀਟਿੰਗ 'ਤੇ, ਇਹਨੇ ਮੇਰੀ ਟੈਕਸ ਦਾ ਜਵਾਬ ਨਹੀਂ ਦਿੱਤਾ। ਫਿਰ ਅਗਲੇ ਦਿਨ ਫਿਰ ਫੋਨ ਕੀਤਾ ਸਵੇਰੇ ਉੱਠ ਕੇ, ਹੈਲੋ ਆ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ, ਹੈ ਤਾਂ ਥੋੜ੍ਹਾ 2 ਮਿੰਟ ਅੱਗੇਗਾ, ਫੜਿਓ ਜੀ ਜ਼ਰਾ, ਆਲ ਜਸਟ ਸ਼ੋ ਯੂ ਦ ਟੈਕਸਟ ਐਂਡ ਡੇਟ, ਤੁਹਾਨੂੰ ਪਤਾ ਲੱਗ ਜਾਏਗਾ ਬਾਹਰ ਵਾਲੀ ਮੀਟਿੰਗ ਤੋਂ 1 ਦਿਨ ਪਹਿਲਾਂ ਦਾ ਟੈਕਸਟ ਆ, ਅਗਰ ਹੋਇਆ ਮੇਰੇ ਕੋਲ ਸੇਵ ਨਾ। ਖਹਿਰਾ ਸਾਹਿਬ ਪਾਰਟੀ ਕਿੰਨਾ ਕੁ ਫਰਕ ਜਸਟ 1 ਮਿੰਟ, ਕੋਈ ਨਹੀਂ ਤੁਸੀਂ ਐਡਿਟ ਕਰ ਲੈਣਾ ਉਸਨੂੰ। ਹਲੋ ਆ ਸੋਮਵਾਰ ਦਾ ਪੜ੍ਹੋ। ਡੇਅਰ ਗੋਲਡੀ, ਸਿੰਸ ਯੋਰ ਫੋਨ ਇਜ਼ ਆਊਟ ਆਫ ਰੀਚ, ਯੂ ਆਰ ਰਿਕੁਐਸਟਡ ਟੂ ਜੁਆਇਨ ਮੀ ਫੋਰ ਦ DBA ਡਿਸਟ੍ਰਿਕਟ ਬਾਰ ਐਸੋਸੀਏਸ਼ਨ ਧੂਰੀ ਮੀਟਿੰਗ ਟੂਡੇ 12:15 ਤੇ ਟੂ ਮੀਟ ਆਲ ਐਡਵੋਕੇਟਸ ਰਿਗਾਰਡਸ ਖਹਿਰਾ। ਫਿਰ ਅੱਗੇ ਲਿਖਿਆ ਪਲੀਜ਼ ਕਾਲ ਮੀ ਵੈਨ ਯੂ ਆਰ ਅਵੇਲੇਬਲ। ਆਹ ਇੱਕ ਰਾਤ ਪਹਿਲਾਂ ਦਾ ਸੁਣੋ, ਅਤੇ ਆਹ ਮੈਂ ਪਿੰਡਾਂ ਦੀ ਕਾਪੀ ਮੰਗ ਰਿਹਾ ਉਹਦੇ ਕੋਲ ਫਰਾਈਡੇ 'ਤੇ, ਮਤਲਬ ਔਰ ਇਹਦੇ ਇਹਦੇ ਟੈਲੀਫੋਨ 'ਤੇ ਕਾਲ ਰਿਕਾਰਡ ਕਰਾ ਦਾ, ਰਿੰਗਾਂ ਗਈਆਂ ਇੱਕ ਰਾਤ ਪਹਿਲਾਂ ਦੀਆਂ, 1 ਦਿਨ ਪਹਿਲਾਂ ਦੀਆਂ, ਔਰ ਅਗਲੇ ਦਿਨ ਸਵੇਰੇ ਵੀ ਟਰਾਈ ਕਰਦਾ। ਸੋ ਦਿਸ ਇਹ ਉਹਨੇ ਬਹਾਨਾ ਬਣਾਇਆ ਵਾ, ਅਸਲ ਕਹਾਣੀ ਘੁੰਮ ਕੇ ਆਉਂਦੀ ਆ ਕਿ ਉਹ ਵਿਚਾਰਾ ਘਬਰਾ ਗਿਆ ਸੀਗਾ।
ਔਰ ਮੇਰੀ ਹਮਦਰਦੀ ਉਹਦੇ ਨਾਲ। ਅਗਰ ਇਸ ਤਰ੍ਹਾਂ ਦੀ ਪੋਲੀਟਿਕਸ ਭਗਵੰਤ ਮਾਨ ਪਰਸੂ ਕਰੇਗਾ, ਮੇਰੀ ਹਮਦਰਦੀ ਉਹਦੇ ਨਾਲ, ਮੈਨੂੰ ਕੋਈ ਗਿਲਾ ਨਹੀਂ ਗਾ, ਕੋਈ ਗੱਲ ਨਹੀਂ। ਅਗਰ ਉਹ ਜੇਲ੍ਹ ਜਾਣ ਤੋਂ ਡਰਦਾ ਸੀ, ਪਰਚਿਆਂ ਤੋਂ ਡਰਦਾ ਸੀ, ਮੇਰੀ ਹਮਦਰਦੀ ਹੈ। ਪਰ ਮੈਨੂੰ ਦੁੱਖ ਇਸ ਗੱਲ ਦਾ ਵਾ ਕਿ ਘੱਟੋ ਘੱਟ ਆਪਣੀ ਵਾਈਫ ਦੀ ਇੱਜ਼ਤ ਰੱਖ ਲੈਂਦਾ, ਜਿਹੜੇ ਘਰਵਾਲੀ ਦੇ ਪਿੱਛੇ ਉਹ ਲਾ ਕੇ ਅਤੇ ਉਹਦੀ ਤੋਹੀਨ ਕਰਦੇ ਰਹੇ ਆ, ਅਤੇ ਮੋਟਰਸਾਈਕਲ ਇਨਾਮ ਵਿੱਚ ਦਿੱਤਾ ਵਾ, ਅਤੇ ਬੜਾ ਔਖਾ ਇਸ ਗੱਲ ਨੂੰ ਡਾਈਜੈਸਟ ਕਰਨਾ, ਟੋਲਰੇਟ ਕਰਨਾ। ਔਰ ਮੈਂ ਤੁਹਾਨੂੰ ਅੱਜ ਕਹਿ ਰਿਹਾ, ਮੇਰੀ ਗੱਲ ਯਾਦ ਰੱਖੋ ਕੈਮਰਿਆਂ 'ਤੇ, ਇਹੀ ਗੋਲਡੀ ਥੋੜ੍ਹੇ ਮਹੀਨਿਆਂ। ਅਤੇ ਉੱਧਰ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿੰਦਰ ਕੌਰ ਪੱਠਲ ਦਾ ਵੀ ਦਲਬੀਰ ਗੋਲਡੀ ਦੇ ਆਪ ਦੇ ਵਿੱਚ ਸ਼ਾਮਿਲ ਹੋਣ ਉੱਤੇ ਬਿਆਨ ਸਾਹਮਣੇ ਆਇਆ। ਉਹਨਾਂ ਦਾ ਕਹਿਣਾ ਹੈ ਕਿ ਦਲਬੀਰ ਗੋਲਡੀ ਨੂੰ ਕੀ ਗਰੰਟੀ ਹੈ ਕਿ ਜਿਸ ਪਾਰਟੀ ਦੇ ਵਿੱਚ ਉਹ ਗਿਆ ਉੱਥੋਂ ਉਸਨੂੰ ਟਿਕਟ ਮਿਲ ਜਾਵੇਗੀ। ਇਸ ਮੌਕੇ ਖਹਿਰਾ ਦੇ ਹੱਕ ਦੇ ਵਿੱਚ ਵੀ ਬੀਬੀ ਪੱਠਲ ਬੋਲਦੀ ਹੋਈ ਨਜ਼ਰ ਆਈ ਹੈ। ਦੇਖੋ, ਸਾਰਿਆਂ ਨੂੰ ਪਤਾ ਹੈ ਕਿ ਪਾਰਟੀ ਨੇ ਬਹੁਤ ਵੱਡਾ ਮਾਣ ਸਤਿਕਾਰ ਦਿੱਤਾ। ਇੱਕ ਸਧਾਰਨ ਸਟੂਡੈਂਟ ਸੀ ਉਹ ਆਉਂਦਾ ਹੋਇਆ, ਉਹਨੂੰ ਹਰ ਵਾਰ, ਇੱਕ ਵਾਰ ਨਹੀਂ, ਦੋ ਵਾਰ ਨਹੀਂ, ਕਈ ਵਾਰ ਤਿੰਨ ਚਾਰ ਵਾਰ ਉਹਨੂੰ ਮਾਣ ਸਤਿਕਾਰ ਕੀਤਾ। ਬਹੁਤ ਸਾਰੇ ਲੋਕ ਮੰਗਦੇ ਆ, ਟਿਕਟ ਮੰਗਣਾ ਹੱਕ ਹੈ, ਲੇਕਿਨ ਜੇ ਉਸ ਤੋਂ ਬਾਅਦ ਕਿਸੇ ਦਾ ਫੈਸਲਾ, ਹਾਈਕਮਾਂਡ, ਜਿਹੜੀ ਲੋਕ ਸਭਾ, ਲੋਕ ਸਭਾ ਹਾਈਕਮਾਂਡ ਨੇ ਆਪਣੀ ਪਾਰਟੀ ਸਮਝ ਕੇ ਚੁਣਨੀ ਹੁੰਦੀ ਹੈ, ਉਹ ਜਿਹਨੂੰ ਚੁਣ ਲੈਂਦੇ ਨੇ ਉੱਥੇ ਜ਼ਿਆਦਾ ਉਹਨਾਂ ਦੀ ਚੱਲਦੀ ਹੁੰਦੀ ਹੈ। ਉਸ ਤੋਂ ਬਾਅਦ ਇੱਕ ਟਿਕਟ ਪਿੱਛੇ ਰੁਸਣਾ ਜਾਂ ਮੈਨੂੰ ਨਹੀਂ ਪਤਾ ਕੀ ਕਾਰਨ ਹੈ, ਲੇਕਿਨ ਉਹਨਾਂ ਨੇ ਜੋ ਬੋਲਦੇ ਨੇ ਕਿਹਾ ਸੀਗਾ, ਮੈਂ ਜਿਵੇਂ ਸਪੀਚ 'ਚ ਵੀ ਕਿਹਾ ਕਿ ਮੈਂ ਕਾਂਗਰਸ ਪਾਰਟੀ 'ਚ ਹਾਂ, ਉਹਨਾਂ ਦੀ ਪਿਤਨ ਪਤਨੀ ਨੇ ਵੀ, ਸਾਡੀ ਬੀਬੀ ਹੈ, ਬੱਚੀ ਹੈ, ਨਾਰੇ ਲਾਏ, ਖਹਿਰਾ ਜੀ ਦੇ ਲਾਏ, ਪਾਰਟੀ ਦੇ ਲਾਏ, ਇਹ ਵਿਸ਼ਵਾਸ ਤਾਂ ਆਇਆ ਲੋਕਾਂ ਨੂੰ। ਔਰ ਸੈਕਿੰਡ ਟਾਈਮ ਵੀ ਜਿਵੇਂ ਦੱਸਿਆ ਖਹਿਰਾ ਜੀ ਨੇ ਆਪਣਾ, ਕਿ ਦੂਜੀ ਵਾਰ ਵੀ ਕਿਹਾ ਮੈਂ ਮਦਦ ਕਰੂੰਗਾ ਆ ਕੇ। ਜਿਹੜਾ ਬੰਦਾ ਕਹਿ ਕੇ ਪਬਲਿਕ ਦੇ ਵਿੱਚ ਫਿਰ ਉਸ ਤੋਂ ਬਾਅਦ ਬਦਲਦਾ ਤਾਂ ਲੋਕ ਉਹਦੇ 'ਤੇ ਇਤਵਾਰ ਨਹੀਂ ਕਰਦੇ। ਸਾਨੂੰ ਨਹੀਂ ਪਤਾ ਕਿ ਹੁਣ ਟਿਕਟ ਮਿਲ ਗਈ ਦੂਜੇ ਪਾਸੇ ਜਾ ਕੇ, ਜਿਹੜੀ ਪਾਰਟੀ 'ਚ ਗਏ ਨੇ ਉਹਨਾਂ ਤਾਂ ਅਜੇ ਕੰਮ ਕਰਨ ਵਾਲਿਆਂ ਨੂੰ ਕਦੇ ਟਿਕਟਾਂ ਨਹੀਂ ਦਿੱਤੀਆਂ। ਇਸ ਕਰਕੇ ਮੰਦਭਾਗਾ। ਮੈਂ ਇਦੂ ਵੱਧ ਕੁਛ ਨਹੀਂ ਕਹਿਣਾ ਚਾਹੁੰਦੀ, ਆਪਣੇ ਕੈਰੀਅਰ 'ਤੇ ਆਪ ਸਵਾਲ ਖੜਾ ਕੀਤਾ। ਜੋ ਮਰਜ਼ੀ ਹੋ ਜਾਵੇ, ਕਾਂਗਰਸ ਪਾਰਟੀ ਸਾਡੀ ਜਿਹੜੀ ਹੈਗੀ ਆ ਉਹ ਥੰਮ ਵਾਂਗ ਇੱਕਜੁੱਟ ਖੜੀ ਹੈ। ਕੌਣ ਆਉਂਦਾ, ਕੌਣ ਜਾਂਦਾ, ਸਾਨੂੰ ਨਜ਼ਰ ਦੇ ਵਿੱਚ ਇੱਕੋ ਹੀ ਚੀਜ਼ ਹੈਗੀ ਹੈ ਸਾਰੇ। ਇਹਦੇ ਵਿੱਚ ਕੀ ਗੱਲ ਹੈ? ਕੋਈ ਗੱਲ ਨਹੀਂ, ਸਾਡੇ ਬੱਚੇ ਅਜੇ ਕਿਤੇ ਵੀ ਰੱਖ ਲੈਣ, ਅੱਜ ਵੀ ਰੱਖਿਆ ਹੋਇਆ ਸੀਗਾ, ਲੇਕਿਨ ਉਸ ਥਾਂ 'ਤੇ ਕਿਉਂਕਿ ਟਾਈਮ ਦਾ ਦੱਸਿਆ ਨਹੀਂ ਸੀਗਾ, ਪਹਿਲਾਂ ਪ੍ਰੋਗਰਾਮ ਦੀ ਅਪਰੂਵਲ ਨਹੀਂ ਸੀ, ਉਹ ਨਹੀਂ ਜਾਇਆ ਗਿਆ, ਅਤੇ ਤਾਂ ਹੀ ਇਹਨਾਂ ਨੇ ਆਪਣੇ ਵੱਲੋਂ ਗੋਲਡੀ ਨੂੰ ਭੇਜਿਆ, ਪ੍ਰਧਾਨ ਹੈ ਬਈ ਜ਼ਿਲ੍ਹੇ ਦਾ, ਸਾਰਿਆਂ ਦੀ ਨੁਮਾਇੰਦਗੀ ਲਵਾ। ਇਹ ਕੋਈ ਗੱਲ ਨਹੀਂ, ਇਹ ਮਾੜੀ ਮੋਟੀਆਂ ਗੱਲਾਂ ਹੁੰਦੀਆਂ ਪਰਿਵਾਰ ਦੀਆਂ, ਸਾਡੇ ਬੱਚੇ ਆ ਸਾਰੇ ਸਾਰੇ। ਇਸ ਵਕਤ ਇਹ ਨਹੀਂ ਤੇਰੇ ਮੇਰੇ ਕਰਕੇ ਵਾਲਾ ਵਕਤ ਨਹੀਂ ਹੈ, ਇਸ ਵਕਤ ਤਾਂ ਇਹ ਹੈ ਕਿ ਤੁਸੀਂ ਕਿਹੜਾ ਬੰਦਾ ਚੁਣ ਕੇ ਭੇਜਦੇ ਹੋ। ਇੱਕ ਪਾਸੇ ਜੇ ਆਪਾਂ ਦੇਖੀਏ ਪਿੱਤਲ ਦੀਆਂ ਗੋਲੀਆਂ ਪਈਆਂ ਅਤੇ ਇੱਕ ਪਾਸੇ ਸੋਨਾ ਅਤੇ ਹੀਰਾ ਪਿਆ। ਇਸ ਕਰਕੇ ਸਾਨੂੰ ਅੱਜ ਬਚਾਉਣ ਵਾਸਤੇ ਲੋਕ ਜਾਨ ਦੀ ਤਲੀ ਧਰੀ 'ਤੇ ਫਿਰਦੇ ਆ। ਸਾਰੇ ਵਰਗ ਔਖੇ ਨੇ, ਸਾਰੇ ਲੋਕ ਔਖੇ ਨੇ, ਅੱਜ ਉਹਨਾਂ ਦੀ ਆਵਾਜ਼ ਜਾ ਕੇ ਉੱਥੇ ਗੂੰਜੇ। ਦਿੱਲੀ ਦੇ ਵਿੱਚ ਸਾਨੂੰ ਉਹ ਬੰਦਾ ਚਾਹੀਦਾ ਜਿਹੜਾ ਜਾਨ ਦੀ ਬਾਜ਼ੀ ਲਾ ਕੇ ਲੜੇ। ਇਹ ਸਾਹਮਣੇ ਮੈਨੂੰ ਕਹਿਣ ਦੀ ਲੋੜ ਨਹੀਂ, ਸਾਰੇ ਪੰਜਾਬ ਨੇ ਦੇਖਿਆ ਸੁਖਪਾਲ ਖਹਿਰਾ ਪਬਲਿਕ ਮੁੱਦਿਆਂ 'ਤੇ, ਲੋਕ ਦੇ ਮੁੱਦਿਆਂ 'ਤੇ ਜਾਨ ਦੀ ਬਾਜ਼ੀ ਲਾ ਕੇ ਲੜਿਆ। ਅਤੇ ਉੱਧਰ ਬੀਜੇਪੀ ਆਗੂ ਹਰਜੀਤ ਗਰੇਵਾਲ ਅਕਾਲੀ ਦਲ ਉੱਤੇ ਸ਼ਬਦੀ ਵਾਰ ਕਰਦਾ ਹੋਇਆ ਦਿਖਾਈ ਦਿੱਤਾ। ਉਸਨੇ ਅਕਾਲੀ ਦਲ ਅਤੇ ਭਾਜਪਾ ਦੇ ਗੱਠਜੋੜ ਨੂੰ ਲੈ ਕੇ ਬਿਆਨ ਦਿੱਤਾ। ਉਸਦਾ ਕਹਿਣਾ ਹੈ ਕਿ ਅਕਾਲੀ ਦਲ ਸਕੂਟਰ 'ਤੇ ਜਾਣ ਵਾਲੀ ਪਾਰਟੀ ਹੈ, ਉਸ ਨਾਲ ਅਸੀਂ ਕਿਵੇਂ ਸਮਝੌਤਾ ਕਰ ਸਕਦੇ ਹਾਂ। ਇਸ ਮੌਕੇ ਉਹ ਆਮ ਆਦਮੀ ਪਾਰਟੀ ਖਿਲਾਫ਼ ਵੀ ਬੋਲਦਾ ਹੋਇਆ ਨਜ਼ਰ ਆਇਆ। ਤੁਸੀਂ, ਅਸੀਂ ਦੁਨੀਆਂ ਦਾ ਸਭ ਤੋਂ ਵੱਡਾ ਰਾਜਨੀਤਿਕ ਦਲ ਹਾਂ, ਤੁਸੀਂ ਸਾਨੂੰ ਅਕਾਲੀ ਦਲ ਨਾਲ ਮਿਲਾਈ ਜਾਂਦੇ ਹੋ, ਕਿਉਂ ਅਸੀਂ ਅਕਾਲੀ ਦਲ ਨੂੰ ਸਮਝੌਤਾ ਕਰਾਂ? ਜ਼ੀਰੋ ਕਾਰਨ। ਕਾਰਨ ਇਹ ਹੈ, ਪੰਜਾਬ ਦੇ ਹਾਲਾਤ ਦੇਖੋ, ਗੈਂਗਸਟਰਾਂ ਦਾ ਨਾਰਕੋ ਟੈਰਰਿਜ਼ਮ, ਜ਼ਿਲ੍ਹਿਆਂ ਦੇ ਅੰਦਰ ਵਿਵਸਥਾ ਔਰ ਚੁਣੌਤੀਆਂ ਲਈਆਂ ਜਾਂਦੀਆਂ ਨੇ, ਔਰ ਸਾਡੇ ਇੱਥੇ ਇਨਵੈਸਟਮੈਂਟਸ ਜਿਹੜੀਆਂ ਨੇ ਉਹ ਨਹੀਂ ਆ ਰਹੀਆਂ, ਅਤੇ ਮੈਂ ਸਮਝਦਾ ਬੜੀ ਬੁਰੀ ਗੱਲ। ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਚੁੱਕੀਆਂ ਹਨ। ਹਰ ਕੋਈ ਜ਼ੋਰਾਂ ਸ਼ੋਰਾਂ ਦੇ ਨਾਲ ਪ੍ਰਚਾਰ ਕਰ ਰਿਹਾ ਅਤੇ ਇਸਦੇ ਚੱਲਦੇ ਭਾਜਪਾ ਦੇ ਫਰੀਦਕੋਟ ਤੋਂ ਉਮੀਦਵਾਰ ਹੰਸ ਰਾਜ ਹੰਸ ਵੱਲੋਂ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ।
ਪਰ ਇਸ ਮੌਕੇ ਉੱਥੇ ਦੇਖਿਆ ਗਿਆ ਕਿ ਜਿਸ ਜਗ੍ਹਾ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਸੀ ਉਸਦੇ ਪਿੱਛੇ ਭਾਜਪਾ ਆਗੂਆਂ ਦੇ ਫਲੈਕਸ ਬੋਰਡ ਤੇ ਨੰਗੇ ਸਿਰ ਦੀਆਂ ਤਸਵੀਰਾਂ ਲੱਗੀਆਂ ਸਨ ਜਿਸ ਦਾ ਸਿੱਖ ਆਗੂਆਂ ਦੇ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਵੀ ਅੱਜ ਆਪਣੇ ਫਰੀਦਕੋਟ ਐਸ ਡੀ ਸਕੂਲ ਦੇ ਵਿੱਚ ਇੱਕ ਜਿਹੜੀ ਬੀਜੇਪੀ ਵੱਲੋਂ ਮਤਲਬ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਇਆ ਗਿਆ ਉਪਰੰਤ ਉੱਥੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ ਅਰਦਾਸ ਬੇਨਤੀ ਹੋਈ ਹੈ ਅਤੇ ਉਹ ਜਦੋਂ ਅਸੀਂ ਖਬਰ ਪੜ੍ਹੀ ਜੀ ਅਤੇ ਮੇਰੇ ਨਹੀਂ ਅਤੇ ਸਿੱਖਾਂ ਦੇ ਸਾਰਿਆਂ ਦੇ ਹਿਰਦੇ ਬਲੁੰਦਰੇ ਗਏ ਕਿਉਂਕਿ ਉਹਦੇ ਵਿੱਚ ਦੇਖਣ ਨੂੰ ਮਿਲਿਆ ਵੀ ਜਿੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਨੇ ਉੱਥੇ ਅਸੀਂ ਨੰਗੇ ਸਿਰ ਜਾਣ ਤੋਂ ਵੀ ਡਰਦੇ ਅਤੇ ਇਹ ਜਿਹੜੇ ਬੀਜੇਪੀ ਦੇ ਲੀਡਰ ਨੇ ਹੰਸਰਾਜ ਜਿਹੜਾ ਵੋਟਾਂ ਮੰਗਣ ਲਈ ਆ ਰਿਹਾ ਅਤੇ ਪਹਿਲਾਂ ਵੀ ਕਾਫੀ ਕਿਸਾਨਾਂ ਨੇ ਵਿਰੋਧ ਕੀਤਾ ਕਿਉਂਕਿ ਪੰਜਾਬ ਨਾਲ ਮੋਦੀ ਨੇ ਧੱਕਾ ਕੀਤਾ ਅਤੇ ਅੱਜ ਜਿਹੜਾ ਫਰੀਦਕੋਟ 'ਚ ਇੱਕ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਗੁਰੂ ਮਹਾਰਾਜ ਜੀ ਦੇ ਉੱਥੇ ਪ੍ਰਕਾਸ਼ ਨੇ ਅਤੇ ਉਹਦੇ ਪਿਛਲੇ ਪਾਸੇ ਇੱਕ ਬਹੁਤ ਵੱਡਾ ਫਲੈਕਸ ਲੱਗਿਆ ਹੋਇਆ ਅਤੇ ਫਲੈਕਸ ਦੇ ਵਿੱਚ ਮੋਦੀ ਜਿਹੜਾ ਨੰਗੇ ਸਿਰ ਬੈਠਾ ਹੋਇਆ ਜੀ ਉੱਥੇ ਉਹਦੀ ਫੋਟੋ ਲੱਗੀ ਹੈ ਅਤੇ ਜਿਹੜੇ ਬੀਜੇਪੀ ਦੇ ਕੁਝ ਇੱਥੋਂ ਦੇ ਲੀਡਰ ਕਹਿ ਸਕਦਾ ਜਾਂ ਅਹੁਦੇਦਾਰ ਨੁਮਾਇੰਦੇ ਉਹਨਾਂ ਦੀਆਂ ਫੋਟੋਆਂ ਵੀ ਜਿਹੜੀਆਂ ਨੰਗੇ ਸਿਰ ਲੱਗੀਆਂ ਹੋਈਆਂ ਅਤੇ ਇੱਥੋਂ ਤੱਕ ਵੇਖਣ ਨੂੰ ਮਿਲਿਆ ਵੀ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਆ ਉਹਦੇ ਸਾਹਮਣੇ ਕੁਰਸੀਆਂ ਡਾਹੀਆਂ ਗਈਆਂ ਪੈਰਾਂ 'ਚ ਉਹਨਾਂ ਨੇ ਜੁੱਤੀਆਂ ਜੋੜੇ ਪਾਏ ਹੋਏ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਜਿਹੜਾ ਇਹਨਾਂ ਨੇ ਓਟ ਆਸਰਾ ਤਾਂ ਕੀ ਲੈਣਾ ਅਤੇ ਇਹਨਾਂ ਨੇ ਮਹਾਰਾਜ ਜੀ ਦੇ ਨਾਮ 'ਤੇ ਅਤੇ ਅਰਦਾਸ ਬੇਨਤੀ ਬਾਬਾ ਜੀ ਹੁਣਾਂ ਤੋਂ ਕਰਾਈ ਹੈ ਵੀ ਹੰਸਰਾਜ ਵੱਡੀ ਜਿੱਤ ਪ੍ਰਾਪਤ ਕਰਨ ਸੋ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿੰਦੇ ਹਾਂ ਵੀ ਜਿਵੇਂ ਮੋਦੀ ਨੇ ਪੰਜਾਬ ਨਾਲ ਧੱਕਾ ਕੀਤਾ ਹੈ ਹੰਸਰਾਜ ਦੀ ਬਿਲਕੁਲ ਨਹੀਂ ਜਿੱਤ ਹੋ ਸਕਦੀ ਵੀ ਜਦੋਂ ਇਹ ਅਰਦਾਸਾਂ ਜਿਹੜੀਆਂ ਹੁੰਦੀਆਂ ਇਹ ਸਿੱਖ ਸੰਗਤ ਦੇ ਸਰਬੱਤ ਦੇ ਭਲੇ ਲਈ ਹੁੰਦੀਆਂ ਨਾ ਕਿ ਵੀ ਜਿਹੜੇ ਲੀਡਰਾਂ ਨੇ ਕੋਈ ਪੰਜਾਬ ਨਾਲ ਕਿਸੇ ਵੀ ਧਰਮ ਨਾਲ ਜਾਂ ਕਿਸੇ ਵੀ ਸਟੇਟ ਨਾਲ ਧੱਕਾ ਕੀਤਾ ਹੋਵੇ ਅਤੇ ਉਦੋਂ ਬਾਅਦ ਦੇ ਵਿੱਚ ਜੇ ਤੁਹਾਡੀ ਕੋਈ ਸੁਣਦਾ ਨਹੀਂ ਤੁਹਾਡਾ ਵਿਰੋਧ ਕਰਦੇ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਲੈ ਕੇ ਆਸਰਾ ਲੈ ਕੇ ਅਰਦਾਸਾਂ ਬੇਨਤੀਆਂ ਕਰਾ ਰਹੇ ਹੋ ਸੋ ਉਹਦੇ ਨਿਮਿੱਤ ਅਸੀਂ ਜਿਹੜਾ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜਾ ਇਹਨਾਂ ਨੇ ਪ੍ਰਕਾਸ਼ ਕਰਕੇ ਪਾਠ ਕਰਾਇਆ ਉਹ ਚੰਗੀ ਗੱਲ ਆ ਪਾਠ ਕਰਾਓ ਸਾਨੂੰ ਕੋਈ ਇਤਰਾਜ਼ ਨਹੀਂ ਕੀਰਤਨ ਕਰਾਓ ਇਤਰਾਜ਼ ਨਹੀਂ ਪਰ ਉਹਦੇ ਪਿੱਛੇ ਜਿਹੜੀਆਂ ਫਲੈਕਸਾਂ ਲਾਈਆਂ ਜੀ ਨੰਗੇ ਸਿਰ ਉੱਥੇ ਫੋਟੋਆਂ ਇਹਨਾਂ ਲੋਕਾਂ ਦੀਆਂ ਲੱਗੀਆਂ ਹੋਈਆਂ ਅਤੇ ਇਹ ਜਿਹੜੀ ਬਹੁਤ ਵੱਡੀ ਬੇਅਦਬੀ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਕਾਰਜਕਾਰੀ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ ਨੂੰ 30 ਸਾਲ ਪਹਿਲਾਂ ਜ਼ਾਲਮ ਪੁਲਿਸ ਨੇ ਬੜੇ ਹੀ ਤਸੀਹੇ ਦੇ ਕੇ ਮੋਦੀ ਘਾਟ ਉਤਾਰ ਦਿੱਤਾ ਸੀ ਇਸ ਸੰਬੰਧੀ ਇੱਕ ਕਵਿਸਰੀ ਜਥੇ ਦੇ ਵੱਲੋਂ ਇੱਕ ਗਾਥਾ ਸੁਣਾ ਕੇ ਭਾਈ ਸਾਹਿਬ ਨੂੰ ਯਾਦ ਕੀਤਾ ਗਿਆ ਅਤੇ ਉਹਨਾਂ ਦੀ ਸ਼ਹੀਦੀ ਦਾ ਇਤਿਹਾਸ ਵੀ ਸੰਗਤ ਸਾਹਮਣੇ ਬਖੂਬੀ ਪੇਸ਼ ਕੀਤਾ ਗਿਆ ਕਲਗੀ ਧਰ ਦਾ ਵੀਰ ਸਪੁੱਤਰ ਸੀ ਅਣਖੀ ਸਿੰਘ ਸੂਰਾ ਨਾਮ ਦਾ ਰਸੀਆ ਰਹਿਤ ਮਾਣਿਓ ਬੋਲ ਤੋਲ ਵਿੱਚ ਪੂਰਾ ਉਹ ਦਮ ਦਮੀ ਤੇ ਕਸਾਲ ਚ ਰਹਿ ਕੇ ਦਮ ਦਮੀ ਤੇ ਕਸਾਲ ਚ ਰਹਿ ਕੇ ਸਿੱਖ ਕੇ ਆਪ ਸਿਖਾ ਗਿਆ ਝੁਕਿਆ ਨਹੀਂ ਸਰਕਾਰ ਦੇ ਮੂਹਰੇ ਕੌਮ ਲਈ ਸਿਰ ਲਾ ਗਿਆ ਅਕਾਲ ਤਖ਼ਤ ਦਾ ਜਥੇਦਾਰ ਸੀ ਮਿਲ ਕੇ ਕੌਮ ਬਣਾਇਆ
ਗੁਰਦੇਵ ਸਿੰਘ ਨੇ ਜਥੇਦਾਰ ਬਣ ਕੌਮੀ ਫਰਜ਼ ਨਿਭਾਇਆ। ਜਗੋ ਆਜ਼ਾਦੀ ਜੋਤ ਕੌਮ ਵਿੱਚ, ਆਜ਼ਾਦੀ ਜੋਤ ਕੌਮ ਵਿੱਚ ਖੂਨ ਤੇਲ ਥਾਂ ਪਾ ਗਿਆ। ਝੁਕਿਆ ਨਹੀਂ ਸਰਕਾਰ ਦੇ ਮੂਹਰੇ, ਕੌਮ ਲਈ ਸਿਰ ਲਾ ਗਿਆ। ਗੁਰਬਾਣੀ ਦੀ ਕਥਾ ਕਰਦਿਆਂ ਪੁਲਿਸ ਪਾ ਲਿਆ ਘੇਰਾ, ਆਪਣਾ ਆਪ ਪੇਸ਼ ਕਰ ਦਿੱਤਾ ਕਰਕੇ ਵੱਡਾ ਜੇਰਾ। ਉਹ ਲੰਗਰ ਨਿਵਾਸੀ ਸਿੱਖ ਸੰਗਤਾਂ ਨੂੰ ਜਾਂਦਾ ਫਤਿਹ ਬੁਲਾ ਗਿਆ ਸੂਰਮਾ, ਜਾਂਦਾ ਫਤਿਹ ਬੁਲਾ ਗਿਆ। ਝੁਕਿਆ ਨਹੀਂ ਸਰਕਾਰ ਦੇ ਮੂਹਰੇ, ਕੌਮ ਲਈ ਸਿਰ ਲਾ ਗਿਆ। ਸੀ ਆਈ ਸਟਾਫ ਚ ਲੈ ਗਿਆ ਸਿੰਘ ਨੂੰ ਜਦ ਗਰਮੀਤਾ, ਅਣਮਨੁੱਖੀ ਜ਼ੁਲਮ ਸਿੰਘ ਤੇ ਵਿੱਚ ਜਗਰਾਓਂ ਕੀਤਾ। ਇਹ ਸਨ ਹੁਣ ਤੱਕ ਦੀਆਂ ਪੰਜਾਬੀ ਖਬਰਾਂ। ਜਲਦੀ ਮਿਲਦੇ ਹਾਂ, ਦੇਖਦੇ ਰਹੋ ਸੱਚ ਦਾ ਨਿਰੰਤਰ ਵਹਿੰਦਾ ਦਰਿਆ ਸਤਲੁਜ।